ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਕੋਲ ਚੋਣਵੀਆਂ ਖਬਰਾਂ ਬਿਲਕੁਲ ਵੀ ਨਹੀਂ ਹਨ ਤੇ ਇਸ ਕਰਕੇ ਅਸੀਂ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਮੁੱਖ ਖਬਰਾਂ ਤੋਂ ਕਰਾਂਗੇ। ਜਲੰਧਰ ਸ਼ਹਿਰ ਦੇ ਵਿੱਚ ਅੱਜ ਇੱਕ ਮੁੰਡਾ ਘਰੋਂ ਰੁੱਸ ਕੇ ਭੱਜ ਗਿਆ ਤੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਚਲਾ ਗਿਆ ਤੇ ਜਦੋਂ ਰਿਸ਼ਤੇਦਾਰਾਂ ਵੱਲੋਂ ਉਹਦਾ ਟੈਚੀ ਚੈੱਕ ਕੀਤਾ ਗਿਆ ਤੇ ਉਹਨੇ ਆਪਣੇ ਸਾਰੇ ਘਰ ਦੇ ਪਜਾਮੇ, ਕੱਛੇ, ਸਲਵਾਰਾਂ, ਸਾਰਾ ਕੁਝ ਜਿੰਨੀਆਂ ਵੀ ਤੇੜ ਪਾਉਣ ਵਾਲੀਆਂ ਚੀਜ਼ਾਂ ਸੀ ਸਾਰੀਆਂ ਚੁੱਕ ਕੇ ਲੈ ਗਿਆ ਸੀਗਾ ਤੇ ਰਿਸ਼ਤੇਦਾਰਾਂ ਦੇ ਪੁੱਛਣ ਉੱਤੇ ਉਸ ਮੁੰਡੇ ਨੇ ਅੱਗੋਂ ਜਵਾਬ ਦਿੱਤਾ ਕਿ ਉਦਾਂ ਤਾਂ ਮੈਨੂੰ ਘਰੋਂ ਕਿਸੇ ਨੇ ਪੁੱਛਣਾ ਨਹੀਂ ਆ, ਸ਼ਾਇਦ ਹੁਣ ਤੇੜ ਪਾਉਣ ਵਾਲੀਆਂ ਚੀਜ਼ਾਂ ਲੱਭਦੇ ਰਹਿਣ ਤਾਂ ਸ਼ਾਇਦ ਮੇਰੇ ਪਿੱਛੇ ਆ ਜਾਣ, ਇਸੇ ਕਰਕੇ ਮੈਂ ਆਪਣੀ ਵਟਕ ਵਧਾਉਣਾ ਚਾਹੁੰਦਾ ਵਾਂ, ਮੈਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦਾ ਤੇ ਸ਼ਾਇਦ ਇਸੇ ਕਰਕੇ ਉਹ ਮੇਰੇ ਪਿੱਛੇ ਆ ਜਾਣ ਤੇ ਮੇਰੀ ਪੁੱਛ ਗਿੱਛ ਕਰ ਲੈਣ। ਦੂਜੀ ਖਬਰ ਆ ਰਹੀ ਹੈ ਜੀ ਲੁਧਿਆਣੇ ਸ਼ਹਿਰ ਦੀ। ਉਸ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਕੁੜੀ ਵਿਆਹ ਦੇ ਵਿੱਚ ਉਸ ਵੇਲੇ ਆਪਣੇ ਮਾਫ਼ ਕਰਨਾ ਇੱਕ ਲੁਧਿਆਣੇ ਸ਼ਹਿਰ ਦੇ ਵਿੱਚ ਕੁੜੀ ਉਸ ਵੇਲੇ ਹਾਸੇ ਦਾ ਪਾਤਰ ਬਣ ਗਈ ਵਿਆਹ ਦੇ ਵਿੱਚ, ਜਦੋਂ ਸਾਰੇ ਘਰ ਦੀਆਂ ਸੂਈਆਂ ਕਲਿੱਪ ਲਗਾ ਕੇ ਵਿਆਹ ਦੇ ਵਿੱਚ ਚਲੇਗੀ। ਉਹਨੂੰ ਅਣਭੋਲੀ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਕਿ ਆਪਾਂ ਸਿਰਫ ਇੱਕ ਦੋ ਹੀ ਕਲਿੱਪ ਲਗਾ ਸਕਦੇ ਹਾਂ, ਆਪਾਂ ਸਾਰੇ ਘਰ ਦੀਆਂ ਸੂਈਆਂ ਇੱਕੋ ਵਿਆਹ 'ਚ ਨਹੀਂ ਲੈ ਕੇ ਜਾ ਸਕਦੇ। ਤੀਜੀ ਖਬਰ ਆ ਰਹੀ ਹੈ ਜੀ ਪਟਿਆਲਾ ਤੋਂ। ਉੱਥੇ ਪਟਿਆਲੇ ਦੇ ਵਿੱਚ ਇੱਕ ਪਿੰਡ ਦੇ ਲੋਕਾਂ ਵੱਲੋਂ ਡਾਕਟਰ ਦੇ ਉੱਤੇ ਕੇਸ ਕੀਤਾ ਗਿਆ ਕਿਉਂਕਿ ਇੱਕ ਘਰ ਉਸ ਪਿੰਡ ਦੀ ਇੱਕ ਛੋਟੀ ਜਿਹੀ ਜੋ ਕੁੜੀ ਸੀਗੀ ਉਹ ਬੁਖਾਰ ਚੈੱਕ ਕਰਾਉਣ ਗਈ ਸੀਗੀ ਔਰ ਉਹ ਦਵਾਈ ਵੀ ਲੈ ਕੇ ਆ ਗਈ, ਬਟ ਜਦੋਂ ਘਰਦਿਆਂ ਵੱਲੋਂ ਕੁੜੀ ਨੂੰ ਚੈੱਕ ਕੀਤਾ ਗਿਆ ਤੇ ਉਹਨੇ ਜੋ ਕੋਟੀ ਪਾਈ ਸੀ ਉਹਦੇ ਵਿੱਚੋਂ ਥੱਲਿਓ ਕੱਛ ਦੇ ਵਿੱਚ ਥਰਮਾਮੀਟਰ ਲੱਗਾ ਹੀ ਰਹਿ ਗਿਆ ਤੇ ਡਾਕਟਰ ਨੂੰ ਇੰਨਾ ਨਹੀਂ ਸੀ ਪਤਾ ਕਿ ਉਹਨੇ ਥਰਮਾਮੀਟਰ ਲਾ ਕੇ ਆਪਣੀ ਵਾਪਸ ਉਸ ਡੱਬੀ ਜੀ ਦੇ ਵਿੱਚ ਰੱਖਣਾ ਹੈ। ਇਸ ਕਰਕੇ ਪਿੰਡ ਵਾਲੇ ਬਹੁਤ ਗੁੱਸਾ ਹੋ ਰਹੇ ਨੇ ਡਾਕਟਰ ਦੇ ਉੱਤੇ ਤੇ ਸ਼ਾਇਦ ਉਹਦੇ 'ਤੇ ਜਲਦੀ ਕੇਸ ਕੀਤਾ ਜਾਏਗਾ। ਅਗਲੀ ਖਬਰ ਆ ਰਹੀ ਹੈ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ। ਉੱਥੇ ਦੋ ਰਾਜਨੀਤਿਕ ਦਲਾਂ ਦੇ ਵਿੱਚ ਅੱਜ ਮੁੱਠਭੇੜ ਹੋ ਗਈ। ਇੱਕ ਰਾਜਨੀਤਿਕ ਦਲ ਆਲਰੇਡੀ ਇੱਕ ਰੈਲੀ ਕਰ ਰਿਹਾ ਸੀ ਤੇ ਦੂਸਰੇ ਰਾਜਨੀਤਿਕ ਦਲ ਨੇ ਉਸ ਰੈਲੀ ਦੇ ਵਿੱਚ ਆਪਣਾ ਇੱਕ ਖੁੱਲ੍ਹਾ ਸਾਂਢ ਛੱਡ ਦਿੱਤਾ ਗਿਆ ਤੇ ਉਸ ਸਾਂਢ ਦੇ ਉੱਤੇ ਦੂਸਰੀ ਪਾਰਟੀ ਦੇ ਝੰਡੇ ਪੇਂਟ ਕੀਤੇ ਹੋਏ ਸੀਗੇ ਔਰ ਬਹੁਤ ਸਾਰੇ ਉਹਦੇ ਸਿੰਘਾਂ ਦੇ ਪੂਛ ਤੇ ਝੰਡੇ ਲਗਾ ਰੱਖੇ ਸੀਗੇ। ਇਸ ਕਰਕੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੀ ਕਹਾ ਸੁਣੀ ਵੱਧ ਗਈ ਤੇ ਅਸੀਂ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਾਨਵਰਾਂ ਦੇ ਉੱਤੇ ਪੇਂਟ ਪੂੰਟ ਨਾ ਜਮਾਇਆ ਕਰੋ, ਇੱਕ ਦੂਜੇ ਦੇ ਮੂੰਹ 'ਤੇ ਲਾ ਲਿਆ ਕਰੋ ਤੇ ਜ਼ਿਆਦਾ ਵਧੀਆ ਰਹੇਗਾ। ਤੇ ਅੱਜ ਦੀ ਸਾਡੀ ਆਖਰੀ ਖਬਰ ਹੈਗੀ ਹੈ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚੋਂ, ਜਿੱਥੇ ਇੱਕ ਪਿੰਡ ਦੇ ਵਿੱਚ ਅੱਜ ਇੱਕ ਪੰਜਾਬੀ ਸਿੰਗਰ ਕਾਕੇ ਦੇ ਗਾਣੇ ਵਾਲਾ ਡੀਸੈਂਟ ਐਕਸੀਡੈਂਟ ਵੇਖਣ ਨੂੰ ਮਿਲਿਆ, ਜਿਹਦੇ ਵਿੱਚ ਇੱਕ ਪੱਠਿਆਂ ਦੀ ਰੇੜੀ ਦੇ ਵਿੱਚ ਫੁੱਲਿਆਂ ਵਾਲੇ ਦਾ ਸਾਈਕਲ ਟਕਰਾ ਗਿਆ ਤੇ ਗੱਲ ਧੱਕੇ ਮੁੱਕੀ ਤੱਕ ਪਹੁੰਚ ਗਈ ਤੇ ਕਿਹਾ ਜਾ ਰਿਹਾ ਗੱਲ ਕੋਤਵਾਲੀ ਤੱਕ ਪਹੁੰਚ ਸਕਦੀ ਹੈ। ਫਿਰ ਪਿੰਡ ਵਾਲਿਆਂ ਨੇ ਉਹਦੇ ਵਿੱਚ ਪੈ ਕੇ ਕਿਹਾ ਕਿ ਇੱਥੋਂ ਤੱਕ ਗੱਲ ਨਾ ਪਹੁੰਚਾਓ, ਬੱਸੀ ਦੇ ਫੋਨ ਵਿੱਚ ਸ਼ੋਅ ਕਰਕੇ, ਮਾਫ਼ ਕਰਨਾ, ਬੱਸੀ ਦੇ ਸ਼ੋਅ ਵਿੱਚ ਫੋਨ ਕਰਕੇ ਗੱਲ ਸ਼ੋਅ ਦੇ ਵਿੱਚ ਹੀ ਖਤਮ ਕੀਤੀ ਜਾਏ, ਕਮਨ ਬੇਬੀ। ਇਸ ਦੇ ਨਾਲ ਹੀ ਅੱਜ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਲੱਗਦਾ, ਵੈਸੇ ਮੈਂ ਆਈ ਹੋਪ ਕਹਿਣ ਲੱਗੀ ਸੀ, ਪਰ ਮੈਨੂੰ ਲੱਗਦਾ ਤੁਹਾਨੂੰ ਇਹ ਖਬਰਾਂ ਕੁਛ ਜ਼ਿਆਦਾ ਵਧੀਆ ਨਹੀਂ ਲੱਗੀਆਂ ਹੋਣੀਆਂ ਕਿਉਂਕਿ ਤੁਹਾਡੇ ਨਿਆਣੇ ਪਿੱਛੇ ਰੌਲਾ ਪਾ ਰਹੇ ਹੋਣਗੇ। ਉਹਨਾਂ ਨੂੰ ਕਹੋ ਬਾਅਦ ਵਿੱਚ ਹੁਣ ਜੋ ਮਰਜ਼ੀ ਕੁਛ ਵੇਖੋ, ਕੋਈ ਗੱਲ ਨਹੀਂ, ਬਸ ਇੰਨੀ ਕੁ ਗੱਲ ਸੀਗੀ। ਅਤੇ ਅਸੀਂ ਫਿਰ ਤੋਂ ਇੱਕ ਨਵਾਂ ਬੁਲੇਟਿਨ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਤਦ ਤੱਕ ਨਮਸਕਾਰ, ਸਤਿ ਸ਼੍ਰੀ ਅਕਾਲ, ਸ਼ਬਾ ਗਿਆ।